ਪਿਆਰੇ ਵਿਦਿਆਰਥੀਓ ਮੈਂ ਕੁਲਦੀਪ ਸਿੰਘ ਆਪ ਸਭ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਹਾਂ ਤੇ ਅੱਜ ਆਪਾਂ ਜਮਾਤ 11ਵੀਂ ਭਾਗ ਤੀਜਾ ਉਸ ਦੇ ਵਿੱਚੋਂ ਪੜਨ ਜਾ ਰਹੇ ਆ ਸਾਹਿਦ ਦੇ ਰੂਪ ਤੇ ਸਾਹਿਦ ਦੇ ਰੂਪਾਂ ਦੇ ਵਿੱਚੋਂ ਆਪਾਂ ਪੜਾਂਗੇ ਅੱਜ ਸਫਰਨਾਮਾ ਸਫਰਨਾਮਾ ਕਹਿੰਦੇ ਕਿਸ ਨੂੰ ਹਨ ਉਸ ਦੀ ਪਰਿਭਾਸ਼ਾ ਤੇ ਫਿਰ ਉਸ ਦੇ ਤੱਤਾਂ ਦੀ ਗੱਲ ਕਰਾਂਗੇ ਕਿਹੜੇ ਕਿਹੜੇ ਤੱਤਾਂ ਦੇ ਨਾਲ ਮਿਲ ਕੇ ਸਫਰਨਾਮਾ ਬਣਦਾ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਸਫਰਨਾਮਾ ਸ਼ਬਦ ਦੇ ਅਰਥਾਂ ਤੋਂ ਸਫਰਨਾਮਾ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਸਫਰ ਅਤੇ ਨਾਮਾ ਸਫਰ ਦੇ ਅਰਥ ਤੁਸੀਂ ਸਾਰੇ ਜਾਣਦੇ ਹੀ ਹੋ ਯਾਤਰਾ ਅਤੇ ਨਾਮਾ ਸ਼ਬਦ ਦੇ ਅਰਥ ਹੁੰਦੇ ਹਨ ਚਿੱਠੀ ਜਾਂ ਸਮਾਚਾਰ ਭਾਵ ਕੀਤੀ ਹੋਈ ਯਾਤਰਾ ਨੂੰ ਚਿੱਠੀ ਰੂਪ ਦੇ ਵਿੱਚ ਲਿਖਣਾ ਜਾਂ ਉਸ ਦੇ ਸਮਾਚਾਰ ਲਿਖਣਾ ਉਸ ਦਾ ਸਫਰ ਦਾ ਬਿਆਨ ਕਰਨਾ ਇਹ ਅਖਵਾਉਂਦਾ ਹੈ ਸਫਰਨਾਮਾ ਜਿਵੇਂ ਤੁਸੀਂ ਕਿਸੇ ਯਾਤਰਾ ਤੇ ਜਾਂਦੇ ਹੋ ਤੇ ਆ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਉਸ ਦੀ ਜਾਣਕਾਰੀ ਦਿੰਦੇ ਹੋ ਕਿ ਤੁਸੀਂ ਉੱਥੇ ਕੀ ਕੀ ਅਨੁਭਵ ਕੀਤਾ ਕਿਹੜੀਆਂ-ਕਿਹੜੀਆਂ ਕੱਟਨਾਵਾਂ ਥੋੜੇ ਨਾਲ ਵਾਪਰੀਆਂ ਉਹਨਾਂ ਦੀ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੁੰਦੇ ਹੋ ਉਹ ਸਫਰਨਾਮਾ ਹੀ ਹੁੰਦਾ ਇੱਕ ਪ੍ਰਕਾਰ ਦਾ ਇਸੇ ਤਰੀਕੇ ਨਾਲ ਕੋਈ ਲੇਖਕ ਜਾਂ ਸਫਰਨਾਮਾਕਾਰ ਜਦੋਂ ਕੋਈ ਇਹੋ ਜੀ ਯਾਤਰਾ ਕਰਦਾ ਹੈ ਤਾਂ ਉੱਥੋਂ ਦੀ ਜਾਣਕਾਰੀ ਉਹ ਆਪਾਂ ਨੂੰ ਜਦੋਂ ਲਿਖਤ ਰੂਪ ਦੇ ਵਿੱਚ ਦਿੰਦਾ ਹੈ ਤਾਂ ਉਸ ਨੂੰ ਸਫਰਨਾਮਾ ਕਹਿੰਦੇ ਹਾਂ ਦੇਸ਼ ਦੁਨੀਆ ਦੀਆਂ ਦੂਜੀਆਂ ਥਾਵਾਂ ਜਿਨ੍ਹਾਂ ਨੂੰ ਅਸੀਂ ਨਹੀਂ ਦੇਖਿਆ ਉਹਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸਾਨੂੰ ਚੰਗਾ ਲੱਗਦਾ ਹੈ ਜਿਹੜੀਆਂ ਥਾਵਾਂ ਨਹੀਂ ਵੇਖੀਆਂ ਹੁੰਦੀਆਂ ਉਹਨਾਂ ਦੇ ਬਾਰੇ ਸਾਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਬਾਰੇ ਵੱਧ ਤੋਂ ਵੱਧ ਜਾਣੀਏ ਤਾਂ ਹਰੇਕ ਮਨੁੱਖ ਹੈ ਜਿਹੜਾ ਉਹ ਹਰੇਕ ਥਾਂ ਤੇ ਤਾਂ ਘੁੰਮ ਨਹੀਂ ਸਕਦਾ ਹਰੇਕ ਥਾਂ ਤੇ ਜਾ ਨਹੀਂ ਸਕਦਾ ਤਾਂ ਕੁਝ ਥਾਵਾਂ ਦੀ ਜਾਣਕਾਰੀ ਹੈ ਜਿਹੜੀ ਉਹ ਅਸੀਂ ਕਿਤਾਬਾਂ ਰਾਹੀਂ ਪੜ੍ਹ ਕੇ ਲੈ ਸਕਦੇ ਹਾਂ ਇਸੇ ਹੀ ਵਿੱਚੋਂ ਜਿਹੜਾ ਸਫਰਨਾਮਾ ਹੈ ਉਹ ਉਪਜਿਆ ਹੈ ਕਿ ਹਰੇਕ ਥਾਂ ਦੀ ਯਾਤਰਾ ਜਿਹੜਾ ਉਹ ਹਰੇਕ ਬੰਦਾ ਕਰ ਨਹੀਂ ਸਕਦਾ ਤੇ ਹਰੇਕ ਥਾਂ ਦੀ ਯਾਤਰਾ ਕਰਨੀ ਸੰਭਵ ਨਹੀਂ ਹੁੰਦੀ ਉਥੋਂ ਦੀ ਜਾਣਕਾਰੀ ਲੈਣ ਦੇ ਲਈ ਅਸੀਂ ਸਫਰਨਾਮੇ ਤੋਂ ਇਹ ਲਾਭ ਉਠਾ ਸਕਦੇ ਹਾਂ ਤਾਂ ਇਹ ਜੋ ਲੇਖਕ ਜਾਂ ਕੋਈ ਵੀ ਸਲਾਨੀ ਜਦੋਂ ਕਿਤੇ ਘੁੰਮਣ ਜਾਂਦਾ ਹੈ ਤੇ ਆਪਣੇ ਅਨੁਭਵਾਂ ਨੂੰ ਉੱਥੇ ਜੋ ਉਸਦੇ ਨਾਲ ਘਟਨਾਵਾਂ ਵਾਪਰਦੀਆਂ ਹਨ ਉੱਥੇ ਜੋ ਉਸਨੇ ਦੇਖਿਆ ਉਸਦੇ ਜੋ ਤਜਰਬੇ ਹੁੰਦੇ ਹਨ ਉਹ ਜਦੋਂ ਲਿਖ ਕੇ ਕਿਤਾਬ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਾਉਂਦਾ ਹੈ ਤਾਂ ਉਸ ਨੂੰ ਅਸੀਂ ਸਫਰਨਾਮਾ ਕਹਿੰਦੇ ਹਾਂ ਸਫਰਨਾਮਾ ਹੁੰਦਾ ਹੈ ਸਫਰ ਦਾ ਬਿਆਨ ਕਰਨਾ ਤੇ ਇਹ ਸਫਰ ਦਾ ਬਿਆਨ ਸਿੱਧਾ-ਸਿੱਧਾ ਨਹੀਂ ਹੁੰਦਾ ਕਿ ਜੋ ਉਸ ਨੇ ਉੱਥੇअनुभव ਕੀਤਾ ਘਟਨਾਵਾਂ ਨੂੰ ਉਸ ਦੇ ਨਾਲ ਵਾਪਰੀਆਂ ਉਸ ਦਾ ਸਿੱਧਾ-ਸਿੱਧਾ ਬਿਆਨ ਕਰਨਾ ਨਹੀਂ ਹੁੰਦਾ ਉਸ ਨੂੰ ਹੋ ਰੋਚਕ ਤੇ ਦਿਲਚਸਪ ਤਰੀਕੇ ਦੇ ਨਾਲ ਬਿਰਤਾਂਤ ਬਣਾ ਕੇ ਪੇਸ਼ ਕਰਦਾ ਹੈ ਸਫਰਨਾਮਾ ਤੋਂ ਭਾਵ ਉਹ ਬਿਰਤਾਂਤਕ ਰਚਨਾ ਹੈ ਜਿਸ ਵਿੱਚ ਕਿਸੇ ਯਾਤਰਾ ਦਾ ਰੋਚਕ ਤੇ ਦਿਲਚਸਪ ਵਰਣਨ ਹੋਵੇ ਇਹ ਰੋਚਕ ਤੇ ਦਿਲਚਸਪ ਵਰਣਨ ਹੈ ਜਿਹੜਾ ਇਹ ਮੁੱਖ ਗੱਲ ਹੈ ਇੱਥੇ ਨੋਟ ਕਰਨ ਵਾਲੀ ਅਸੀਂ ਕੁਝ ਹੋਰ ਲੱਛਣ ਦੇਖਦੇ ਹਾਂ ਸਫਰਨਾਮੇ ਦੇ ਕਿ ਸਫਰਨਾਮੇ ਦੇ ਵਿੱਚ ਹੋਰ ਕਿਹੜੇ-ਕਿਹੜੇ ਲੱਛਣ ਪਾਏ ਜਾਂਦੇ ਹਨ ਤਾਂ ਇਹ ਜੋ ਸਾਡੇ ਕੋਲ ਲਿਖੇ ਹੋਏ ਹਨ ਇਹ ਸਫਰਨਾਮੇ ਦੇ ਅਸੀਂ ਲੱਛਣ ਕਹਿ ਸਕਦੇ ਹਾਂ ਇਹਨਾਂ ਨੂੰ ਤੇ ਇਹ ਕਿਹੜੇ-ਕਿਹੜੇ ਹਨ ਇੱਕ ਤਾਂ ਇਹ ਵਿਸਤ੍ਰਿਤ ਆਕਾਰ ਦੀ ਰਚਨਾ ਹੁੰਦੀ ਹੈ ਕਿਉਂਕਿ ਜਦੋਂ ਕਿਸੇ ਥਾਂ ਦੀ ਯਾਤਰਾ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਉਸ ਦਾ ਜਿਹੜਾ ਵੇਰਵਾ ਦੇਣਾ ਹੁੰਦਾ ਹੈ ਉਹ ਥੋੜੇ ਸ਼ਬਦਾਂ ਦੇ ਵਿੱਚ ਦੇਣਾ ਸੰਭਵ ਨਹੀਂ ਹੁੰਦਾ ਤਾਂ ਇਹ ਜਿਹੜੀ ਰਚਨਾ ਹੈ ਸਫਰਨਾਵਾ ਇਹ ਵਾਡੇ ਵੱਡੇ ਆਕਾਰ ਦੀ ਬਣ ਜਾਂਦੀ ਹੈ ਵਿਸਤ੍ਰਿਤ ਆਕਾਰ ਦੀ ਬਣ ਜਾਂਦੀ ਹੈ ਦੂਜੀ ਗੱਲ ਇਸ ਦੇ ਵਿੱਚ ਯਾਤਰਾ ਸਮਾਚਾਰ ਹੈ ਜਿਹੜੇ ਉਹ ਸ਼ਾਮਿਲ ਹੁੰਦੇ ਹਨ ਤਾਂ ਇਹ ਗੱਲ ਤਾਂ ਅਸੀਂ ਪਹਿਲਾਂ ਹੀ ਸਾਫ਼ ਹੀ ਕਰ ਚੁੱਕੇ ਹਾਂ ਕਿ ਸਫਰਨਾਵਾ ਹੁੰਦਾ ਹੀ ਯਾਤਰਾ ਦਾ ਵਰਣਨ ਹੈ ਤਾਂ ਕਿਸੇ ਥਾਂ ਦੀ ਕੀਤੀ ਹੋਈ ਯਾਤਰਾ ਹੈ ਜਿਹੜੀ ਉਸ ਦੇ ਜਿਹੜੇ ਸਮਾਚਾਰ ਹੁੰਦੇ ਹਨ ਉਥੋਂ ਦੀਆਂ ਘਟਨਾਵਾਂ ਤੇ ਲੇਖਕ ਦੇ ਅਨੁਭਵ ਹੁੰਦੇ ਹਨ ਜਿਹੜੇ ਉਹ ਯਾਤਰਾ ਸਮਾਚਾਰ ਇਸ ਦੇ ਵਿੱਚ ਸ਼ਾਮਿਲ ਹੁੰਦੇ ਹਨ ਤੀਜੀ ਗੱਲ ਹੈ ਕਿ ਸਫਰਨਾਮਾ ਲਿਖਣ ਵਾਲਾ ਖੁਦ ਹੀ ਨਾਇਕ ਹੁੰਦਾ ਹੈ ਜੋ ਸਫਰ ਕਰ ਰਿਹਾ ਹੁੰਦਾ ਹੈ ਯਾਤਰਾ ਕਰ ਰਿਹਾ ਹੁੰਦਾ ਹੈ ਉਹੋ ਹੀ ਆਪਣੇ ਸਫਰ ਦੇ ਬਾਰੇ ਜਾਣਕਾਰੀ ਦੇ ਰਿਹਾ ਹੁੰਦਾ ਹੈ ਲਿਖ ਕੇ ਤਾਂ ਉਹ ਖੁਦ ਹੀ ਇਸ ਦਾ ਨਾਇਕ ਹੁੰਦਾ ਹੈ ਤਾਂ ਇੱਥੇ ਅਸੀਂ ਇੱਕ ਗੱਲ ਹੋਰ ਕਹਿ ਸਕਦੇ ਹਾਂ ਕੀ ਜੋ ਸਫਰਨਾਮਾ ਹੈ ਉਹ ਉੱਤਮਪੁਰਖ ਸ਼ੈਲੀ ਦੇ ਵਿੱਚ ਲਿਖਿਆ ਜਾਂਦਾ ਹੈ ਉੱਤਮਪੁਰਖ ਸ਼ੈਲੀ ਦੇ ਵਿੱਚ ਲਿਖਣ ਤੋਂ ਭਾਵ ਹੈ ਕਿ ਜਿਹੜਾ ਲੇਖਕ ਹੈ ਸਫਰਨਾਮਾਕਾਰ ਹੈ ਉਹ ਇਸ ਤਰੀਕੇ ਨਾਲ ਕਹਿੰਦਾ ਹੈ ਕਿ ਮੈਂ ਉੱਥੇ ਗਿਆ ਮੈਂ ਆਹ ਅਨੁਭਵ ਕੀਤਾ ਮੇਰੇ ਨਾਲ ਆਹ ਘਟਨਾ ਵਾਪਰੀ ਜਾਂ ਉਸ ਦੇ ਨਾਲ ਕੁਝ ਹੋਰ ਲੋਕ ਹੋਣਗੇ ਤਾਂ ਉਹ ਕਹੂਗਾ ਸਾਡੇ ਜਾਂ ਸਾਡੇ ਤੋਂ ਸਬੰਧਤ ਤਾਂ ਇਹ ਜਿਹੜੇ ਸਾਰੇ ਪੜਨਾਮ ਹਨ ਇਹ ਉੱਤਮਪੁਰਖ ਦੇ ਹਨ ਤੇ ਇਹਨਾਂ ਦੇ ਰਾਹੀਂ ਜਦੋਂ ਉਹ ਬਿਆਨ ਕਰਦਾ ਹੈ ਤਾਂ ਇਹ ਸ਼ੈਲੀ ਬਣ ਜਾਂਦੀ ਹੈ ਉੱਤਮਪੁਰਖ ਦੀ ਕਿਉਂਕਿ ਉਸ ਨੇ ਇਹ ਯਾਤਰਾ ਖੁਦ ਹੀ ਕੀਤੀ ਹੁੰਦੀ ਹੈ ਤੇ ਆਪ ਦੇ ਬਾਰੇ ਜਦੋਂ ਉਹ ਜਾਣਕਾਰੀ ਦਿੰਦਾ ਹੈ ਤਾਂ ਉਹ ਇਹਨਾਂ ਪੜਨਾਵਾਂ ਦੀ ਵਰਤੋਂ ਕਰਦੇ ਹੋਏ ਵਾਕ ਰਚਨਾ ਕਰਦਾ ਹੈ ਤੇ ਅਸੀਂ ਇਸ ਨੂੰ ਕਹਿੰਦੇ ਹਾਂ ਉੱਤਮਪੁਰਖ ਸ਼ੈਲੀ ਤਾਂ ਜਿਹੜਾ ਸਫਰਨਾਮਾ ਹੈ ਉਹ ਉੱਤਮਪੁਰਖ ਸ਼ੈਲੀ ਦੇ ਵਿੱਚ ਲਿਖਿਆ ਜਾਂਦਾ ਹੈ ਇਸ ਤੋਂ ਇਲਾਵਾ ਸਫਰਨਾਮੇ ਦੇ ਵਿੱਚ ਦੇਸ਼ਕਾਲ ਦੀ ਜਾਣਕਾਰੀ ਆ ਜਾਂਦੀ ਹੈ ਭਾਵ ਜਿੱਥੋਂ ਦੀ ਯਾਤਰਾ ਕੀਤੀ ਗਈ ਹੁੰਦੀ ਹੈ ਉੱਥੋਂ ਦਾ ਜਿਹੜਾ ਦੇਸ਼ਕਾਲ ਹੁੰਦਾ ਹੈ ਉੱਥੋਂ ਦੇ ਵਾਤਾਵਰਣ ਉੱਥੋਂ ਦੇ ਰੀਤੀ ਰਿਵਾਜ ਉਹਨਾਂ ਦੀ ਜਾਣਕਾਰੀ ਸਫਰਨਾਮੇ ਦੇ ਵਿੱਚ ਆ ਜਾਂਦੀ ਹੈ ਆਲੋਚਨਾਤਮਕ ਸ਼ੈਲੀ ਹੁਣ ਜਿਹੜੀ ਲੇਖਕ ਦੀ ਸ਼ੈਲੀ ਹੈ ਉਹ ਆਲੋਚਨਾ ਵਾਲੀ ਹੁੰਦੀ ਹੈ ਆਲੋਚਨਾ ਵਾਲੀ ਹੁਣ ਤੋਂ ਭਾਵੇਂ ਇਹ ਹੁੰਦਾ ਹੈ ਕਿ ਲੇਖਕ ਨੇ ਜੋ ਉਥੇ ਦੇਖਿਆ ਜੋ ਉਸ ਦੇ ਨਾਲ ਘਟਨਾ ਵਾਪਰੀਆਂ ਉਸ ਦੇ ਗੁਣ ਅਤੇ ਔਗਣ ਉਸ ਦਾ ਚੰਗਾ ਅਤੇ ਮਾੜਾ ਦੋਨੇ ਪੱਖ ਹੋ ਪੇਸ਼ ਕਰਦਾ ਹੈ ਇਹ ਨਹੀਂ ਕਿ ਉਹ ਕਿਸੇ ਘਟਨਾ ਦੇ ਪਰਤੇ ਉਲਾਰ ਹੋ ਗਿਆ ਉਸ ਦੇ ਜੋ ਆਪਣੇ ਨਿੱਜੀ ਵਿਚਾਰ ਹੁੰਦੇ ਹਨ ਉਹਨਾਂ ਤੋਂ ਉਹ ਦੂਰ ਰਹਿੰਦੇ ਹੋਏ ਉਸ ਨੂੰ ਦੋਨਾਂ ਤਰੀਕਿਆਂ ਦੇ ਨਾਲ ਉਸ ਦੀਆਂ ਚੰਗਿਆਈਆਂ ਬੁਰਾਈਆਂ ਦੋਨਾਂ ਨੂੰ ਹੀ ਪੇਸ਼ ਕਰਦਾ ਹੈ ਇਹ ਸ਼ੈਲੀ ਹੈ ਜਿਹੜੀ ਆਲੋਚਨਾਤਮਕ ਸ਼ੈਲੀ ਬਣ ਜਾਂਦੀ ਹੈ ਉਸ ਦਾ ਆਪਣਾ ਇਕੱਲੇ ਦਾ ਨਜ਼ਰੀਆ ਹੀ ਉੱਥੇ ਪੇਸ਼ ਕਰਨਾ ਇਹ ਗਲਤ ਹੋ ਜਾਂਦਾ ਹੈ ਉਸ ਨੂੰ ਆਲੋਚਨਾ ਦ੍ਰਿਸ਼ਟੀਕੋਣਲੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਭਾਵੇਂ ਉਸ ਦੇ ਗੁਣ ਤੇ ਔਗਣ ਦੋਹਾਂ ਚੀਜ਼ਾਂ ਨੂੰ ਹੀ ਉੱਥੇ ਪੇਸ਼ ਕੀਤਾ ਜਾਂਦਾ ਹੈ ਇਹ ਕਈ ਸਾਹਿਤਿਕ ਬਨਗੀਆਂ ਦਾ ਸੁਮੇਲ ਹੁੰਦਾ ਹੈ ਇੱਕ ਤਾਂ ਹੋ ਗਿਆ ਇਹ ਕਿ ਇਸ ਨੂੰ ਕਹਾਣੀ ਰੂਪ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ ਤਾਂ ਇਸ ਦੇ ਵਿੱਚ ਕਹਾਣੀ ਦਾ ਜਿਹੜਾ ਅੰਸ਼ ਹੈ ਉਹ ਵੀ ਆ ਜਾਂਦਾ ਹੈ ਇਸ ਤੋਂ ਇਲਾਵਾ ਉਹ ਆਪਣੇ ਬਾਰੇ ਲਿਖ ਰਿਹਾ ਹੈ ਤਾਂ ਉਸ ਦੀ ਜੀਵਨ ਘਟਨਾ ਹੋ ਗਈਆਂ ਤਾਂ ਇਸ ਦੇ ਵਿੱਚ ਜੀਵਨੀ ਦੇ ਅੰਸ਼ ਵੀ ਆ ਜਾਂਦੇ ਹਨ ਤਾਂ ਇਹ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਵਿਸ਼ਾ ਵਸਤੂ ਇਹ ਸਫ਼ਰ ਦੇ ਬਾਰੇ ਹੁੰਦੀ ਹੈ ਤਾਂ ਇਹ ਸਫ਼ਰਨਾਵਾ ਤਾਂ ਕਈ ਸਾਰੀ ਸਾਹਿਤਿਕ ਬਣ ਗਈਆਂ ਜਿਹੜੇ ਕਈ ਸਾਰੇ ਸਾਹਿਤ ਰੂਪ ਹੈ ਉਹਨਾਂ ਦੇ ਸੁਮੇਲ ਤੋਂ ਜਿਹੜਾ ਸਫ਼ਰਨਾਵਾ ਹੈ ਇਹ ਬਣਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਸਫਰਨਾਮੇ ਦੇ ਤੱਤਾਂ ਦੀ ਸਫਰਨਾਮੇ ਦੇ ਤੱਤ ਮੁੱਖ ਰੂਪ ਤੋਂ ਦੋ ਭਾਗਾਂ ਦੇ ਵਿੱਚ ਵੰਡੇ ਗਏ ਹਨ ਇੱਕ ਹੁੰਦੇ ਹਨ ਵਸਤੂਮੂਲਕ ਤੱਤ ਤੇ ਦੂਜੇ ਹੁੰਦੇ ਹਨ ਕਲਾਮੂਲਕ ਤੱਤ ਵਸਤੂਮੂਲਕ ਤੱਤਾਂ ਤੋਂ ਮਤਲਬ ਹੈ ਕਿ ਉਸ ਦੇ ਵਿੱਚ ਵਿਸ਼ਾ ਵਸਤੂ ਕਿਹੜੀ ਚੁਣੀ ਗਈ ਹੈ ਭਾਵ ਉਸ ਦੇ ਵਿੱਚ ਜਿਹੜੇ ਵਿਚਾਰ ਵਿਸ਼ੇ ਪੇਸ਼ ਕੀਤੇ ਗਏ ਹਨ ਉਹ ਕੀ ਹੈ ਵਿਸ਼ਾ ਵਸਤੂ ਤੋਂ ਸਬੰਧਿਤ ਜੋ ਹਨ ਉਹਨਾਂ ਨੂੰ ਅਸੀਂ ਵਸਤੂਮੂਲਕ ਤੱਤ ਕਹਿੰਦੇ ਹਾਂ ਭਾਵ ਜਿੱਥੋਂ ਦੀ ਯਾਤਰਾ ਕੀਤੀ ਗਈ ਜਿੱਥੋਂ ਦਾ ਸਫਰ ਕੀਤਾ ਗਿਆ ਉਸ ਦੇ ਜਿਹੜੇ ਵਿਚਾਰ అనుਭਵ ਹਨ ਉਹ ਵਿਸ਼ਾ ਵਸਤੂ ਦੇ ਰੂਪ ਦੇ ਵਿੱਚ ਆ ਜਾਂਦੇ ਹਨ ਤੇ ਉਸ ਵਿਸ਼ਾ ਵਸਤੂ ਨੂੰ ਜਿਹੜਾ ਪੇਸ਼ ਕਰਨ ਦਾ ਢੰਗ ਹੈ ਕਲਾਮਈ ਤਰੀਕਾ ਹੈ ਪੇਸ਼ ਕਰਨ ਦਾ ਢੰਗ ਉਸ ਨੂੰ ਅਸੀਂ ਕਹਿੰਦੇ ਹਾਂ ਕਲਾਮੂਲਕ ਤੱਤ ਭਾਵ ਉਸ ਦੀ ਪੇਸ਼ਕਾਰੀ ਕਿਹੜੇ ਤਰੀਕੇ ਦੇ ਨਾਲ ਹੋਈ ਹੈ ਉਸ ਦੀ ਜਿਹੜੀ ਸ਼ੈਲੀ ਹੈ ਉਹ ਕਿਸ ਪ੍ਰਕਾਰ ਦੀ ਹੈ ਉਹ ਆ ਜਾਂਦਾ ਹੈ ਕਲਾਮੂਲਕ ਤੱਤਾਂ ਦੇ ਵਿੱਚ ਜਿਵੇਂ ਕਲਾਮੂਲਕ ਤੱਤ ਹੈ ਜਿਹੜੇ ਅਸੀਂ ਉਸ ਦੀ ਤੁਲਨਾ ਤਾਂ ਕਰ ਸਕਦੇ ਹਾਂ ਇੱਕ ਭਾਂਡੇ ਦੇ ਨਾਲ ਬਰਤਨ ਦੇ ਨਾਲ ਤੇ ਉਸ ਭਾਂਡੇ ਦੇ ਵਿੱਚ ਪਾਇਆ ਕੀ ਜਾਂਦਾ ਹੈ ਉਹ ਆ ਜਾਂਦਾ ਹੈ ਉਸ ਦਾ ਵਿਸ਼ਾ ਵਸਤੂ ਭਾਵ ਉਸ ਦੇ ਵਿੱਚ ਜਿਹੜੀ ਇਸ ਭਾਂਡੇ ਦੇ ਵਿੱਚ ਚੀਜ਼ ਕੀ ਪਾਈ ਜਾਣੀ ਹੈ ਇਸ ਦੇ ਵਿੱਚ ਵਿਚਾਰ ਕਿਹੜੇ ਪਾਏ ਜਾਣੇ ਹਨ ਉਹ ਆ ਜਾਂਦੇ ਹਨ ਵਿਸ਼ਾ ਵਸਤੂ ਤੋਂ ਸਬੰਧਤ ਤੇ ਕਲਾਮੂਲਕ ਤੱਤ ਹੈ ਉਹਨਾਂ ਨੂੰ ਪੇਸ਼ ਕਰਨ ਦਾ ਢੰਗ ਕਿ ਉਹ ਕਿਹੜੇ-ਕਿਹੜੇ ਤੱਤ ਹਨ ਜਿੰਨਾ ਦੇ ਰਾਹੀਂ ਜਿਹੜੇ ਇਹ ਵਿਚਾਰ ਹੈ ਪੇਸ਼ ਕੀਤੇ ਜਾਂਦੇ ਹਨ ਤਾਂ ਹੁਣ ਅਸੀਂ ਇੱਕ-ਇੱਕ ਕਰਕੇ ਇਹਨਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਵਿਸ਼ਾ-ਮੂਲਕ ਵਸਤੂ-ਮੂਲਕ ਤੱਤ ਹਨ ਵਿਸ਼ਾ-ਵਸਤੂ ਵਾਲੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਲੇਖਕ ਹੈ ਉਹ ਭੂਗੋਲਕ ਵਿਵਰਣ ਦਿੰਦਾ ਹੈ ਭੂਗੋਲਕ ਵਿਵਰਣ ਤੋਂ ਮਤਲਬ ਹੈ ਕਿ ਉਥੋਂ ਉਹ ਦੇਸ਼ ਜਿਹੜਾ ਹੈ ਜਾਂ ਜਿਹੜੀ ਥਾਂ ਹੈ ਉਹ ਸੰਸਾਰ ਦੇ ਕਿਹੜੇ ਹਿੱਸੇ ਵੱਲੋਂਦਾ ਹੈ ਤੇ ਉਥੋਂ ਦਾ ਜਿਹੜਾ ਜਲਵਾਯੂ ਹੈ ਉਥੋਂ ਦਾ ਪਾਉਣ ਪਾਣੀ ਹੈ ਉਹ ਕਿਹੋ ਜਿਹਾ ਹੈ ਉਥੋਂ ਦਾ ਜਿਹੜਾ ਤਾਪਮਾਨ ਹੋ ਗਿਆ ਉਥੋਂ ਦੀ ਜਿਹੜੀ ਹੈ ਰੁੱਤਾਂ ਦਾ ਵਿਵਰਣ ਹੋ ਗਿਆ ਉਥੇ ਗਰਮੀ ਜ਼ਿਆਦਾ ਪੈਂਦੀ ਹੈ ਉਥੇ ਠੰਡ ਜ਼ਿਆਦਾ ਪੈਂਦੀ ਹੈ ਉਥੋਂ ਦੀ ਜਿਹੜੀ ਹੈ ਧਰਤੀ ਕਿਹੋ ਜੀ ਹੈ ਉਹ ਰੇਤਲੀ ਹੈ ਉਹ ਪਹਾੜੀ ਹੈ ਇਹ ਸਾਰੀ ਜਿਹੜੇ ਵੇਰਵੇ ਹਨ ਇਹ ਭੂਗੋਲ ਦੇ ਨਾਲ ਸਬੰਧਤ ਹਨ ਤੇ ਇਹਨਾਂ ਦੀ ਜਾਣਕਾਰੀ ਲੇਖਕ ਦਿੰਦਾ ਹੈ ਇਸ ਤੋਂ ਇਲਾਵਾ ਉਸ ਦੇ ਵਿੱਚ ਕਿਉਂਕਿ ਜਿਹੜੀਆਂ ਇਹ ਧਰਤੀ ਦਾ ਸਬੰਧ ਹੋ ਗਿਆ ਰੇਤਲੀ ਪਹਾੜੀ ਤਾਂ ਉਸ ਦਾ ਸਬੰਧ ਉੱਥੋਂ ਦੀਆਂ ਫਸਲਾਂ ਦੇ ਨਾਲ ਵੀ ਫਿਰ ਅੱਗੇ ਚੱਲ ਕੇ ਜੁੜ ਪੂਆ ਉਸ ਦੇ ਨਾਲ ਉਪਜ ਉਤਪਾਦ ਨੇ ਇਹ ਸਾਰੀਆਂ ਗੱਲਾਂ ਜੁੜ ਜਾਣੀਆਂ ਤਾਂ ਪਹਿਲੇ ਹੈ ਜਿਹੜੇ ਉਹ ਇਹ ਭੂਗੋਲ ਦੇ ਨਾਲ ਸੰਬੰਧਿਤ ਵੇਰਵੇ ਹੈ ਲੇਖਕ ਆਪਣੇ ਸਫਰਨਾਮੇ ਦੇ ਵਿੱਚ ਦਿੰਦਾ ਹੈ ਉੱਥੇ ਨਦੀਆਂ ਜ਼ਿਆਦਾ ਹਨ ਉੱਥੇ ਪਹਾੜ ਜ਼ਿਆਦਾ ਹਨ ਕਿਹੜੇ ਪ੍ਰਕਾਰ ਦੀ ਧਰਤੀ ਹੈ ਬੰਜਰ ਹੈ ਉਪਜਾਊ ਹੈ ਇਹ ਸਾਰੇ ਜਿਹੜੇ ਵੇਰਵੇ ਹੈ ਭੂਗੋਲ ਦੇ ਨਾਲ ਸੰਬੰਧਿਤ ਹੈ ਇਹ ਵਸਤੂਮੂਲਕ ਤੱਤ ਦੇ ਵਿੱਚ ਆ ਜਾਂਦੇ ਹਨ ਦੂਜਾ ਉਥੋਂ ਦੀਆਂ ਸੰਸਥਾਵਾਂ ਦੀ ਜਾਣਕਾਰੀ ਹੈ ਜਿਹੜਾ ਉਹ ਲੇਖਕ ਆਪਣੇ ਸਫਰਨਾਮੇ ਦੇ ਵਿੱਚ ਦਿੰਦਾ ਹੈ ਉਹ ਸੰਸਥਾਵਾਂ ਕਿਹੜੀਆਂ ਹੋ ਸਕਦੀਆਂ ਹਨ ਉਹ ਸੰਸਥਾਵਾਂ ਪਹਿਲੀਆਂ ਤਾਂ ਹੋ ਗਈਆਂ ਜੀ ਰਾਜਨੀਤਿਕ ਸੰਸਥਾਵਾਂ ਕਿਹੜੀਆਂ ਹੈ ਰਾਜਨੀਤਿਕ ਪਾਰਟੀਆਂ ਕਿਹੜੀਆਂ ਹਨ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਉਥੋਂ ਦੀਆਂ ਧਾਰਮਿਕ ਸੰਸਥਾਵਾਂ ਕਿਹੋ ਜੀਆਂ ਹੋ ਗਈਆਂ ਉਥੋਂ ਦੇ ਧਰਮ ਕਿਹੜੇ-ਕਿਹੜੇ ਹਨ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਹੋਰ ਸੰਸਥਾਵਾਂ ਜਿਹੜੀਆਂ ਹੋ ਸਕਦੀਆਂ ਹੈ ਵਿਦਿਅਕ ਸੰਸਥਾਵਾਂ ਹੋ ਸਕਦੀਆਂ ਹਨ ਵਿਦਿਆਕ ਸੰਸਥਾਵਾਂ ਉੱਥੋਂ ਦੇ ਸਕੂਲ ਉੱਥੋਂ ਦੇ ਕਾਲਜ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਇਹ ਸਾਰੀ ਜੀ ਜਾਣਕਾਰੀ ਹੈ ਜਿਹੜੀਆਂ ਉਹ ਸੰਸਥਾਵਾਂ ਦੇ ਵਿੱਚ ਆ ਜਾਂਦੀ ਹੈ ਇਸ ਤੋਂ ਇਲਾਵਾ ਸਾਹਿਤ ਤੇ ਕਲਾ ਦੇ ਨਾਲ ਸੰਬੰਧਿਤ ਸੰਸਥਾਵਾਂ ਹੁੰਦੀਆਂ ਹਨ ਉਹਨਾਂ ਦੀ ਜਾਣਕਾਰੀ ਵੀ ਸੰਸਥਾਵਾਂ ਦੇ ਵਿੱਚ ਆ ਜਾਂਦੀ ਹੈ ਅਗਲੀ ਗੱਲ ਹੈ ਵਿਸ਼ਾ ਵਸਤੂ ਦੇ ਤੌਰ ਤੇ ਜਿਹੜੀ ਪੇਸ਼ ਹੁੰਦੀ ਹੈ ਉਹ ਉਪਜ ਤੇ ਉਤਪਾਦਨ ਦੀ ਹੈ ਪਾਵ ਉਥੋਂ ਦੀ ਜਿਹੜੀ ਧਰਤੀ ਹੈ ਉਹ ਕਿਹੋ ਜੀ ਹੈ ਉਥੇ ਕੀ ਕੀ ਉਪਜ ਹੁੰਦੀ ਹੈ ਤੇ ਉਸ ਤੋਂ ਕੀ ਕੀ ਅੱਗੇ ਉਤਪਾਦਿਤ ਹੁੰਦਾ ਹੈ ਕੀ ਕੀ ਬਣਾਇਆ ਜਾਂਦਾ ਹੈ ਇਹ ਉਪਜ ਤੇ ਉਤਪਾਦਨ ਦੇ ਵਿੱਚ ਆ ਜਾਂਦਾ ਹੈ ਪਾਵ ਉਥੇ ਹੋਣ ਵਾਲੀਆਂ ਫਸਲਾਂ ਕਿਹੜੀਆਂ ਹਨ ਤੇ ਉਹਨਾਂ ਫਸਲਾਂ ਤੋਂ ਫਿਰ ਕੀ ਕੀ ਬਣਾਇਆ ਜਾਂਦਾ ਹੈ ਫਸਲਾਂ ਦੇ ਆਧਾਰ ਤੇ ਹੀ ਅੱਗੇ ਉਤਪਾਦਨ ਹੋਣਾ ਹੈ ਉਥੋਂ ਦੀਆਂ ਜਿਹੜੀਆਂ ਫੈਕਟਰੀਆਂ کارਖਾਨੇ ਹਨ ਉਸੇ ਆਧਾਰ ਤੇ ਲੱਗਣੇ ਹਨ ਤੇ ਉਥੋਂ ਦੀ ਫਿਰ ਦਸਤਕਾਰੀ ਕਿਹੋ ਜੀ ਹੈ ਉਥੋਂ ਦੇ ਜਿਹੜੇ ਮਸ਼ੀਨੀ ਉਦਯੋਗਤਨ ਦੇ ਹਨ ਉਹ ਕਿਹੋ ਜੇ ਹਨ ਤੇ ਉਹਨਾਂ ਦੀਆਂ ਸੰਸਥਾਵਾਂ ਕਿਹੜੀਆਂ ਹਨ ਇਹ ਉਪਜ ਤੇ ਉਤਪਾਦਨ ਦੇ ਵਿੱਚ ਆ ਜਾਂਦਾ ਹੈ ਅੱਗੇ ਵਿਵਸਥਾ ਤੇ ਰਾਜ ਪ੍ਰਬੰਧ ਦੀ ਗੱਲ ਹੋ ਜਾਂਦੀ ਹੈ ਵਸਤੂਮੂਲਕ ਤੱਤਾਂ ਦੇ ਵਿੱਚ ਵਿਵਸਥਾ ਤੇ ਰਾਜ ਪ੍ਰਬੰਧ ਤੋਂ ਮਤਲਬ ਹੈ ਕਿ ਉਥੇ ਲੋਕਤੰਤਰ ਹੈ ਉਥੋਂ ਦਾ ਰਾਜ ਕਿਹੋ ਜਿਹਾ ਹੈ ਲੋਕਤੰਤਰ ਹੈ ਜਾਂ ਉਥੇ ਰਾਜਤੰਤਰ ਹੈ ਜਾਂ ਉਥੇ ਤਾਨਾਸ਼ਾਹੀ ਹੈ ਜਾਂ ਉਥੇ ਫੌਜੀ ਰਾਜ ਹੈ ਇਹ ਆ ਜਾਂਦਾ ਹੈ ਵਿਵਸਥਾ ਦੇ ਉੱਤੇ ਭਾਵ ਉਸ ਦੇਸ਼ ਦਾ ਜਿਹੜੀ ਵਿਵਸਥਾ ਹੈ ਉਥੋਂ ਦਾ ਰਾਜ ਪ੍ਰਬੰਧ ਹੈ ਉਹ ਕੌਣ ਕਰਦਾ ਹੈ ਇਹ ਆ ਜਾਂਦਾ ਹੈ ਇਸ ਦੇ ਵਿੱਚ ਉਸ ਤੋਂ ਬਾਅਦ ਰਿਸ਼ਤੇ ਨਾਤੇ ਉਥੋਂ ਦੇ ਜਿਹੜੇ ਰਿਸ਼ਤੇ ਨਾਤੇ ਹੈ ਉਹ ਕਿਸ ਪ੍ਰਕਾਰ ਦੇ ਹਨ ਜਿਵੇਂ ਅਸੀਂ ਸਾਡੇ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਸਾਡੇ ਰਿਸ਼ਤੇ ਨਾਤੇ ਹਨ ਉਹ ਸਾਡੇ ਸੰਯੁਕਤ ਪਰਿਵਾਰ ਜ਼ਿਆਦਾ ਪਾਏ ਜਾਂਦੇ ਹਨ ਤੇ ਇਕਲ ਜਿਹੜੇ ਇਕੱਲੇ ਪਰਿਵਾਰ ਹਨ ਉਹ ਘੱਟ ਪਾਏ ਜਾਂਦੇ ਹਨ ਉਸ ਦੇ ਆਧਾਰ ਤੇ ਫਿਰ ਜਿਹੜੇ ਰਿਸ਼ਤੇ ਨਾਤੇ ਹੈ ਉਹ ਵੀ ਹੋਰ ਪ੍ਰਕਾਰ ਦੇ ਹਨ ਤੇ ਜੇ ਇਸ ਨੂੰ ਅਸੀਂ ਹੋਰ ਦੇਸ਼ ਦੁਨੀਆ ਦੇ ਨਾਲ ਤੁਲਨਾ ਕਰਕੇ ਦੇਖੀਏ ਤਾਂ ਉੱਥੋਂ ਦੇ ਜਿਹੜੇ ਰਿਸ਼ਤੇ ਨਾਤੇ ਹਨ ਉਹਨਾਂ ਦਾ ਆਪਸੀ ਸਹਿਚਾਰ ਆਪਸੀ ਵਿਵਹਾਰ ਇੱਕ ਦੂਜੇ ਨਾਲ ਜਿਹੜਾ ਵਿਹਾਰ ਕਰਨ ਦਾ ਤਰੀਕਾ ਹੈ ਉਹ ਵੀ ਬਦਲ ਜਾਂਦਾ ਹੈ ਜਿਵੇਂ ਸਾਡੇ ਜਿਹੜਾ ਹੈ ਪਿਓ ਦਾ ਜਿਹੜਾ ਛੋਟਾ ਭਰਾ ਹੈ ਉਹ ਚਾਚਾ ਹੈ ਤੇ ਪਿਓ ਦਾ ਜਿਹੜਾ ਵੱਡਾ ਭਰਾ ਹੈ ਉਹ ਤਾਇਆ ਹੈ ਮਾਂ ਦਾ ਭਰਾ ਮਾਮਾ ਹੈ ਇਹ ਸਾਰੇ ਰਿਸ਼ਤੇ ਨਾਤੇ ਅੱਡ-ਅੱਡ ਪ੍ਰਕਾਰ ਦੇ ਹਨ ਤੇ ਜੇ ਇਸ ਨੂੰ ਅਸੀਂ ਕਿਸੇ ਹੋਰ ਦੇਸ਼ ਦੁਨੀਆ ਦੇ ਨਾਲ ਤੁਲਨਾ ਕਰਕੇ ਦੇਖੀਏ ਜਿਵੇਂ ਜਿਹੜੇ ਪੱਛਮੀ ਦੇ ਸਨ ਉਥੇ ਜਿਹੜਾ ਚਾਚਾ ਹੈ ਉਸ ਲਈ ਵੀ ਅੰਕਲ ਤਾਏ ਲਈ ਵੀ ਅੰਕਲ ਤੇ ਮਾਮੇ ਲਈ ਵੀ ਅੰਕਲ ਤੇ ਪड़ोसी ਲਈ ਵੀ ਅੰਕਲ ਭਾਵ ਜਿਹੜੇ ਰਿਸ਼ਤੇ ਨਾਤੇ ਹਨ ਪੱਛਮੀ ਦੇਸ਼ਾਂ ਦੇ ਵਿੱਚ ਉਹ ਵੱਖਰੇ ਪ੍ਰਕਾਰ ਦੇ ਹਨ ਤੇ ਉਹਨਾਂ ਦਾ ਜਿਹੜਾ ਆਪਸੀ ਵਿਹਾਰ ਕਰਨ ਦਾ ਤਰੀਕਾ ਹੈ ਉਹ ਵੀ ਵੱਖਰਾ ਹੈ ਤੇ ਸਾਡੇ ਸਮਾਜ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਆ ਹੋਰ ਪ੍ਰਕਾਰ ਦੇ ਹੁੰਦੇ ਹਨ ਤੇ ਲੇਖਕ ਜਿੱਥੋਂ ਦੀ ਵੀ ਯਾਤਰਾ ਕਰਦਾ ਹੈ ਜਿੱਥੋਂ ਦਾ ਉਹ ਸਫ਼ਰ ਕਰਦਾ ਹੈ ਉਸ ਦੇ ਜਿਹੜੇ ਰਿਸ਼ਤੇ ਨਾਤੇ ਹੁੰਦੇ ਹਨ ਉਹਨਾਂ ਦਾ ਆਪਸੀ ਵਿਹਾਰ ਕੀ ਹੈ ਆਪਸੀ ਸਹਿਚਾਰ ਆਪਸੀ ਮਿਲਵਰਤਨ ਕਿ ਹੋ ਜਾ ਹੈ ਉਹਨਾਂ ਦੀ ਗੱਲ ਸਫ਼ਰਨਾਮਾਕਾਰ ਆਪਣੇ ਸਫ਼ਰਨਾਮੇ ਦੇ ਵਿੱਚ ਕਰਦਾ ਹੈ ਅਗਲੀ ਗੱਲ ਕਰਦਾ ਹੈ ਜਿਹੜੀ ਸਫਰਨਾਮਾਕਾਰ ਉਹ ਦ੍ਰਿਸ਼ਾਵਲੀ ਦੀ ਆ ਜਾਂਦੀ ਹੈ ਕਿ ਉੱਥੋਂ ਦੀ ਜਿਹੜੀ ਦ੍ਰਿਸ਼ਾਵਲੀ ਹੈ ਉਹ ਕਿਹੋ ਜੀ ਹੈ ਦ੍ਰਿਸ਼ਾਵਲੀ ਕਿਹੋ ਜੀ ਹੋਣ ਤੋਂ ਭਾਵ ਹੈ ਕਿ ਉੱਥੋਂ ਦੇ ਜਿਹੜੇ ਦ੍ਰਿਸ਼ਣ ਉਹ ਕਿਹੋ ਜੇ ਹਨ ਦ੍ਰਿਸ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਸਕਦੇ ਹਾਂ ਕਿ ਉੱਥੋਂ ਦੇ ਜਿਹੜੇ ਕੁਦਰਤੀ ਨਜ਼ਾਰੇ ਹਨ ਉਹ ਕਿਹੋ ਜੇ ਹਨ ਉੱਥੋਂ ਦੀਆਂ ਨਦੀਆਂ ਪਹਾੜ ਝੀਲਾਂ ਉਹਨਾਂ ਦੀ ਗੱਲ ਹੋ ਸਕਦੀ ਹੈ ਇਸ ਤੋਂ ਇਲਾਵਾ ਉੱਥੇ ਹੋਰ ਕੀ ਕੀ ਸੁੰਦਰ ਇਮਾਰਤਾਂ ਦੇਖਣ ਵਾਲੀਆਂ ਹਨ ਉਹਨਾਂ ਦੀ ਗੱਲ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਉੱਥੇ ਜਿਹੜੇ ਇਹੋ ਜਿਹੇ ਦ੍ਰਿਸ਼ ਬਣੇ ਹੋਣ ਜਿਨ੍ਹਾਂ ਨੂੰ ਦੇਖ ਕੇ ਆਨੰਦ ਮਾਣਿਆ ਜਾ ਸਕੇ ਉਹਨਾਂ ਦੀ ਗੱਲ ਲੇਖਕ ਸਵਰਨਾਮਾਕਾਰ ਦ੍ਰਿਸ਼ਾਵਲੀ ਦੇ ਵਿੱਚ ਕਰਦਾ ਹੈ ਅੱਗੇ ਉਸ ਤੋਂ ਬਾਅਦ ਵਿਰਸਾ ਤੇ ਵਿਰਾਸਤ ਦੀ ਗੱਲ ਕਰਦਾ ਹੈ ਵਿਰਸਾ ਤੇ ਵਿਰਾਸਤ ਤੋਂ ਭਾਵ ਹੈ ਕਿ ਜੋ ਸਾਨੂੰ ਵਿਰਸੇ ਦੇ ਵਿੱਚੋਂ ਸਾਨੂੰ ਸਾਡੀਆਂ ਪਹਿਲੀਆਂ ਪੀੜ੍ਹੀਆਂ ਤੋਂ ਪ੍ਰਾਪਤ ਹੋਇਆ ਹੁੰਦਾ ਹੈ ਲੇਖਕ ਉਹਨਾਂ ਦੀ ਗੱਲ ਕਰਦਾ ਹੈ ਜਿੱਥੋਂ ਦਾ ਉਸ ਨੇ ਸਫ਼ਰ ਕਰਿਆ ਹੁੰਦਾ ਹੈ ਆਪਣੇ ਅਨੁਭਵਾਂ ਦੇ ਰਾਹੀਂ ਜਿਵੇਂ ਕੋਈ ਭਾਰਤ ਦੇਸ਼ ਦੀ ਯਾਤਰਾ ਕਰੂਗਾ ਤਾਂ ਇੱਥੇ ਜੋ ਵਿਰਸਾ ਤੇ ਵਿਰਾਸਤ ਦੇ ਵਿੱਚ ਪ੍ਰਾਪਤ ਹੋਇਆ ਹੈ ਸਾਨੂੰ ਉਸ ਦੀ ਉਹ ਉੱਥੇ ਜ਼ਰੂਰ ਜ਼ਿਕਰ ਕਰੂਗਾ ਉਸ ਤੋਂ ਬਾਅਦ ਤਜਰਬੇ ਲੇਖਕ ਦੇ ਆਪਣੇ ਤਜਰਬੇ ਵੀ ਹੋ ਸਕਦੇ ਹੈ ਤੇ ਜਿੱਥੋਂ ਦੀ ਉਸ ਨੇ ਯਾਤਰਾ ਕੀਤੀ ਹੈ ਉੱਥੋਂ ਦੇ ਉਸ ਉਹਨਾਂ ਲੋਕਾਂ ਦੇ ਤਜਰਬੇ ਕੀ ਹਨ ਲੇਖਕ ਦੇ ਆਪਣੇ ਤਜਰਬੇ ਵੀ ਇਸ ਦੇ ਵਿੱਚ ਜੁੜ ਜਾਂਦੇ ਹਨ ਉਸ ਦੇ ਆਪਣੇ ਅਨੁਭਵ ਜੋ ਉਸ ਨੇ ਯਾਤਰਾ ਦੇ ਦੌਰਾਨ ਪ੍ਰਾਪਤ ਕੀਤੇ ਉਹਨਾਂ ਨੂੰ ਇਸ ਦੇ ਨਾਲ ਜੋੜ ਕੇ ਲੇਖਕ ਹੈ ਜਿਹੜਾ ਆਪਣੇ ਸਫਰਨਾਮੇ ਦੇ ਵਿੱਚ ਪ੍ਰਗਟ ਕਰਦਾ ਉਸ ਤੋਂ ਬਾਅਦ ਜਿੱਥੋਂ ਦੀ ਯਾਤਰਾ ਕੀਤੀ ਗਈ ਹੈ ਉੱਥੋਂ ਦੀ ਜੀਵਨ ਜਾਂਚ ਕਿਹੋ ਜੀ ਹੈ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਉਸ ਦੀ ਗੱਲ ਆਜੂਗੀ ਇਹਦੇ ਵਿੱਚ ਲੋਕਾਂ ਦਾ ਰਹਿਣ ਸਹਿਣ ਇਸ ਤੋਂ ਇਲਾਵਾ ਕਿਉਂਕਿ ਹਰੇਕ ਥਾਂ ਦੀ ਜਿਹੜੀ ਜਲਵਾਜੂ ਹੈ ਵੱਖਰੀ ਹੈ ਤੇ ਉਸ ਦਾ ਸਾਹਮਣਾ ਕਰਨ ਦਾ ਤਰੀਕਾ ਵੀ ਜਿਹੜਾ ਲੋਕਾਂ ਦਾ ਉਹ ਵੱਖਰਾ ਹੋਊਗਾ ਉਹਨਾਂ ਦੇ ਉਸ ਦੇ ਵਿੱਚ ਰੀਤੀ ਰਿਵਾਜ ਉਹਨਾਂ ਦੇ ਤਿਹਾਰ ਉਹਨਾਂ ਦਾ ਸੱਭਿਆਚਾਰ ਇਸ ਦੇ ਵਿੱਚ ਸ਼ਾਮਲ ਆ ਜੂਗਾ। ਉਹਨਾਂ ਦਾ ਸੱਭਿਆਚਾਰ ਉਹ ਕਿਹੜੇ ਮੌਕੇ ਤੇ ਕਿਹੋ ਜਿਹਾ ਵਿਹਾਰ ਕਰਦੇ ਹਨ, ਇੱਕ ਦੂਜੇ ਦੇ ਨਾਲ ਮਿਲ ਕੇ ਕਿਵੇਂ ਰਹਿੰਦੇ ਹਨ, ਤਿਹਾਰਾਂ ਨੂੰ ਕਿਵੇਂ ਮਨਾਉਂਦੇ ਹਨ। ਇਹ ਸਾਰੀ ਉਥੋਂ ਦੀ ਜੀਵਨ ਜਾਚ ਦੇ ਵਿੱਚ ਆ ਜਾਂਦੀ ਹੈ। ਉਹਨਾਂ ਲੋਕਾਂ ਦਾ ਪਹਿਰਾਵਾ ਕਿਹੋ ਜਿਹਾ ਹੈ, ਇਹ ਸਾਰਾ ਹੀ ਇਸ ਦੇ ਵਿੱਚ ਆ ਜਾਂਦਾ ਹੈ ਉਥੋਂ ਦੀ ਜੀਵਨ ਜਾਚ ਦੇ ਵਿੱਚ। ਕੀ ਲੇਖਕ ਜਿੱਥੇ ਜਾਂਦਾ ਹੈ ਸਫਰਨਾਮਾ ਜਿਸ ਦੇ ਬਾਰੇ ਉਹ ਲਿਖਦਾ ਹੈ ਉੱਥੇ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਅਨੁਭਵ ਕਰਦਾ ਹੈ ਉਹਨਾਂ ਦੇ ਬਾਰੇ ਉਸਨੇ ਆਪਣੇ ਵਿਚਾਰ ਪੇਸ਼ ਕਰਨੇ ਹੋ ਦੇ ਹਨ ਤਾਂ ਇਹ ਅਸੀਂ ਨੌ ਬਿੰਦੂਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਬਾਰੇ ਜਿਹੜਾ ਸਫਰਨਾਮਾਕਾਰ ਹੈ ਉਹ ਵਿਚਾਰ ਪੇਸ਼ ਕਰਦਾ ਹੈ ਇਹ ਅਸੀਂ ਗੱਲ ਕੀਤੀ ਹੈ ਨੌ ਬਿੰਦੂਆਂ ਦੀ ਇਸ ਤੋਂ ਇਲਾਵਾ ਹੋਰ ਵੀ ਕੁਝ ਬਿੰਦੂ ਹੋ ਸਕਦੇ ਹਨ ਜਿਨ੍ਹਾਂ ਦੇ ਬਾਰੇ ਲੇਖਕ ਹੈ ਜਿਹੜਾ ਉਹ ਜਾਣਕਾਰੀ ਦਿੰਦਾ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਲਾਮੂਲਕ ਤੱਤਾਂ ਦੀ ਵਸਤੂਮੂਲਕ ਤੱਤਾਂ ਨੂੰ ਅਸੀਂ ਕਿਹਾ ਸੀਗਾ ਜਿਹੜਾ ਉਸ ਨੂੰ ਵਿਸ਼ਾ ਵਸਤੂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਹੜੇ ਵਿਚਾਰ ਪੇਸ਼ ਕੀਤੇ ਜਾਂਦੇ ਹਨ ਜਿਹੜਾ ਉਸ ਦੇ ਵਿੱਚ ਵਿਸ਼ੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਕਿਹਾ ਸੀਗਾ ਵਸਤੂਮੂਲਕ ਤੱਤ ਤੇ ਉਸ ਵਸਤੂਮੂਲਕ ਤੱਤਾਂ ਨੂੰ ਜਿਹੜਾ ਪੇਸ਼ ਕਰਨ ਦਾ ਸਾਧਨ ਹੈ ਪੇਸ਼ ਕਰਨ ਦਾ ਢੰਗ ਹੈ ਤਰੀਕਾ ਹੈ ਉਹ ਹਨ ਕਲਾਮੂਲਕ ਤੱਤ ਕਲਾਮੂਲਕ ਤੱਤਾਂ ਵਿੱਚ ਕਲਾਤਮਕ ਯੁਕਤਾ ਸ਼ਾਮਲ ਕੀਤੀਆਂ ਜਾਂਦੀਆਂ ਹਨ ਜੋ ਉਸ ਨੇ ਉੱਥੇ ਅਨੁਭਵ ਪ੍ਰਾਪਤ ਕੀਤਾ ਜੋ ਘਟਨਾਵਾਂ ਉੱਥੇ ਵਾਪਰੀਆਂ ਸਫਰਨਾਮਾਕਾਰ ਦੇ ਨਾਲ ਉਸ ਨੂੰ ਜਿਹੜਾ ਕਲਾਤਮਕ ਢੰਗ ਦੇ ਨਾਲ ਪੇਸ਼ ਕਰਨ ਦੀ ਜਿਹੜੀ ਯੋਗਤ ਹੈ ਉਹੀ ਕਲਾਮੂਲਕ ਤੱਤ ਸਫਰਨਾਮੇ ਦੇ ਵਿੱਚ ਅਖਵਾਉਂਦੇ ਹਨ ਅਜਿਹੇ ਕਲਾ ਤੱਤਾਂ ਵਿੱਚ ਭਾਸ਼ਾਈ ਵਿਸ਼ੇਸ਼ਤਾ ਇੱਕ ਤਾਂ ਹੋਵੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਪੇਸ਼ ਕਰਨ ਦਾ ਜਿਹੜਾ ਭਾਸ਼ਾ ਹੈ ਉਹੋ ਵਿਸ਼ੇਸ਼ ਹੋਵੇ ਉਸ ਨੂੰ ਵਧੀਆ ਤਰੀਕੇ ਦੇ ਨਾਲ ਵਿਸ਼ੇਸ਼ ਭਾਸ਼ਾ ਦੇ ਰਾਹੀਂ ਪੇਸ਼ ਕੀਤਾ ਜਾਵੇ ਦੂਜਾ ਸੋਜ ਭਰਪੂਰ ਸ਼ਬਦਾਵਲੀ ਹੋਣੀ ਚਾਹੀਦੀ ਹੈ ਸੋਜ ਤੋਂ ਮਤਲਬ ਉਸ ਨੂੰ ਪੇਸ਼ ਕਰਨ ਦੀ ਜਿਹੜੀ ਸੁੰਦਰਤਾ ਹੈ ਉਹ ਸ਼ਬਦਾਵਲੀ ਦੇ ਵਿੱਚ ਹੋਊਗੀ ਅਗਰ ਸ਼ਬਦਾਵਲੀ ਦੀ ਚੋਣ ਵਧੀਆ ਹੋਊਗੀ ਤਾਂ ਜਿਹੜੀ ਕਲਾਮੂਲਕ ਤੱਤ ਹੈ ਉਹਨਾਂ ਨੂੰ ਪੇਸ਼ ਕਰਨੀ ਦਾ ਢੰਗ ਹੈ ਉਹ ਵਧੀਆ ਬਣ ਜਾਊਗਾ ਪ੍ਰਤੀਕ ਤੇ ਚਿੰਨ੍ਹਾਂ ਦੀ ਵਰਤੋਂ ਕਰ ਸਕਦਾ ਹੈ ਸਫਰਨਾਵਾਕਾਰ ਰੋਚਕ ਪ੍ਰਕਿਰਤੀ ਚਿੱਤਰਣ ਜਦੋਂ ਪ੍ਰਕਿਰਤੀ ਦਾ ਚਿੱਤਰਣ ਕੀਤਾ ਜਾ ਰਿਹਾ ਹੋਵੇ ਉਹ ਰੋਚਕ ਹੋਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਉਹ ਦਿਲਚਸਪ ਹੋਣਾ ਚਾਹੀਦਾ ਹੈ ਤਾਂ ਹੀ ਉਹ ਸਫਰਨਾਵਾ ਹੈ ਜਿਹੜਾ ਪਾਠਕ ਦੇ ਲਈ ਦਿਲਚਸਪ ਬਣੂਗਾ ਸਾਰਥਕ ਖਾਨ ਮੁਹਾਵਰੇ ਜ਼ਿਕਰਯੋਗ ਹਨ ਇਸ ਤੋਂ ਇਲਾਵਾ ਸਫਰਨਾਵਾਕਾਰ ਨੂੰ ਥਾਂ ਪਰ ਥਾਂ ਲੋੜ ਅਨੁਸਾਰ ਸਾਰਥਕ ਖਾਨ ਤੇ ਮੁਹਾਵਰੇ ਵੀ ਵਰਤ ਲੈਣੇ ਚਾਹੀਦੇ ਹਨ ਜਿਸ ਨਾਲ ਗੱਲ ਹੈ ਜਿਹੜੀ ਉਹ ਸੁਆਦਲੀ ਬਣ ਜਾਂਦੀ ਹੈ ਇਹਨਾਂ ਤੱਤਾਂ ਦੁਆਰਾ ਸਫਰਨਾਮਾ ਲੇਖਕ ਆਪਣੇ ਵਿਸ਼ੇ ਵਸਤੂ ਅਨੁਭਵਾਂ ਤੇ ਅਹਿਸਾਸਾਂ ਨੂੰ ਸਾਕਾਰ ਕਰਦਾ ਹੈ ਜਿਹੜੇ ਉਸ ਨੇ ਅਨੁਭਵ कमाए ਹਨ ਜਿਹੜੀਆਂ ਉਸ ਨਾਲ ਘਟਨਾਵਾਂ ਬੀਤੀਆਂ ਹਨ ਉਹ ਜਿਹੜੇ ਉਸ ਦੇ ਅਹਿਸਾਸ ਹਨ ਉਹਨਾਂ ਨੂੰ ਉਹ ਸਾਕਾਰ ਰੂਪ ਦੇ ਵਿੱਚ ਭਾਵ ਜਿਵੇਂ ਉਸ ਨੇ ਆਪ ਦੇਖਿਆ ਉਸੇ ਰੂਪ ਦੇ ਵਿੱਚ ਉਹ ਅੱਗੇ ਪਾਠਕ ਨੂੰ ਪਹੁੰਚਾਉਣ ਦੇ ਵਿੱਚ ਸਫਲ ਹੋ ਜਾਂਦਾ ਹੈ ਕਲਾ ਸ਼ੈਲੀਆਂ ਕਲਾ ਮੁਲਕ ਤੱਤਾਂ ਦਾ ਇੱਕ ਪ੍ਰਮੁੱਖ ਅੰਗ ਹੈ ਸਫਰਨਾਮੇ ਦੀ ਰਚਨਾ ਤਕਨੀਕ ਵਿੱਚ ਕਲਾ ਸ਼ੈਲੀਆਂ ਦਾ ਮਹੱਤਵਪੂਰਨ ਸਥਾਨ ਹੈ ਵੱਖ-ਵੱਖ ਸਫਰਨਾਮਿਆਂ ਵਿੱਚ ਵੱਖ-ਵੱਖ ਸ਼ੈਲੀਆਂ ਦੀ ਵਰਤੋਂ ਹੁੰਦੀ ਹੈ ਉਹ ਕਿਹੜੀਆਂ-ਕਿਹੜੀਆਂ ਸ਼ੈਲੀਆਂ ਹੋ ਸਕਦੀਆਂ ਹਨ ਪਹਿਲੀ ਹੈ ਜਿਹੜੀ ਜਿਸ ਨੂੰ ਕਥਾ ਆਤਮਕ ਸ਼ੈਲੀ ਕਿਹਾ ਜਾਂਦਾ ਹੈ ਕਥਾ ਤੋਂ ਮਤਲਬ ਹੈ ਕਹਾਣੀ ਜਦੋਂ ਕੋਈ ਸਫਰਨਾਮਾਕਾਰ ਆਪਣੀ ਯਾਤਰਾ ਦਾ ਵਰਣਨ ਇਸ ਪ੍ਰਕਾਰ ਦੇ ਨਾਲ ਕਰਦਾ ਹੈ ਕਿ ਸਾਨੂੰ ਜਿਵੇਂ ਲੱਗਦਾ ਹੋਵੇ ਅਸੀਂ ਕੋਈ ਕਹਾਣੀ ਸੁਣ ਰਹੀ ਹੋਈਏ ਅਸੀਂ ਕੋਈ ਕਥਾ ਸੁਣ ਰਹੀ ਹੋਈਏ ਤਾਂ ਉਹ ਸ਼ੈਲੀ ਹੈ ਜਿਹੜੀ ਹੁੰਦੀ ਹੈ ਕਥਾਤਮਕ ਸ਼ੈਲੀ ਇੱਕ ਹੁੰਦੀ ਹੈ ਡਾਇਰੀ ਸ਼ੈਲੀ ਡਾਇਰੀ ਸ਼ੈਲੀ ਤੋਂ ਭਾਵ ਹੈ ਕਿ ਜਿਵੇਂ ਸਫਰਨਾਮਾਕਾਰ ਜਦੋਂ ਸਫਰਨਾਮਾ ਸਫ਼ਰ ਕਰਦਾ ਹੈ ਕੋਈ ਤਾਂ ਉਸ ਦੀ ਇੱਕ ਡਾਇਰੀ ਲਿਖਦਾ ਰਹਿੰਦਾ ਹੈ ਡਾਇਰੀ ਲਿਖਣ ਤੋਂ ਬਾਅਦ ਤਾਰੀਖਬੱਧ ਵੇਰਵਾ ਜਿਵੇਂ ਮੈਂ ਕੀ ਮੰਨ ਕੇ ਚੱਲੋ 1 ਦਸੰਬਰ ਨੂੰ ਉਹ ਜਿਹੜੀ ਥਾਂ ਤੇ ਗਿਆ ਉਸ ਨੇ ਜਿਹੜੇ ਅਨੁਭਵ ਪ੍ਰਾਪਤ ਕੀਤੇ ਜਿਹੜੀਆਂ ਘਟਨਾਵਾਂ ਉਸ ਦੇ ਨਾਲ ਵਾਪਰੀਆਂ ਉਹ ਉਸ ਨੇ ਡਾਇਰੀ ਦੇ ਵਿੱਚ ਲਿਖ ਲਈਆਂ ਫਿਰ ਅਗਲੀ ਤਾਰੀਖ ਨੂੰ ਕੀ ਹੋਇਆ ਫਿਰ ਉਸ ਤੋਂ ਅਗਲੀ ਤਾਰੀਖ ਨੂੰ ਇਸ ਪ੍ਰਕਾਰ ਦੇ ਨਾਲ ਜਿਹੜੀ ਪੇਸ਼ਕਾਰੀ ਦਾ ਢੰਗ ਹੁੰਦਾ ਹੈ ਉਹ ਡਾਇਰੀ ਸ਼ੈਲੀ ਦੇ ਵਿੱਚ ਆ ਜਾਂਦਾ ਹੈ ਫਿਰ ਹੈ ਪੱਤਰ ਸ਼ੈਲੀ ਜਿਵੇਂ ਕਿਸੇ ਨੂੰ ਪੱਤਰ ਲਿਖੇ ਗਏ ਹੁਣ ਕਿਸੇ ਥਾਂ ਦੀ ਜਾਣਕਾਰੀ ਦੇਣ ਦੇ ਲਈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਹੈ ਜਿਹੜੇ ਉਹ ਇੱਕ ਦੂਜੇ ਨੂੰ ਪੱਤਰ ਲਿਖਦੇ ਸੀ ਤੇ ਇਹ ਜਿਹੜੀ ਸ਼ੈਲੀ ਹੋਊਗੀ ਉਹ ਇਸ ਪ੍ਰਕਾਰ ਦੇ ਨਾਲ ਹੋਊਗੀ ਕਿ ਇੱਕ ਦੂਜੇ ਨੂੰ ਉਸ ਥਾਂ ਦੇ ਬਾਰੇ ਉਸ ਯਾਤਰਾ ਦੇ ਬਾਰੇ ਜਿਹੜੀ ਹੈ ਉਹ ਪੱਤਰ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਇਹ ਸਫਰਨਾਮੇ ਨੂੰ ਲਿਖਣ ਦੀਆਂ ਕੁਝ ਸ਼ੈਲੀਆਂ ਹਨ ਜਿਨ੍ਹਾਂ ਦੇ ਰਾਹੀਂ ਸਫਰਨਾਮਾਕਾਰ ਆਪਣੇ ਸਫਰਨਾਮੇ ਨੂੰ ਆਪਣੀ ਯਾਤਰਾ ਨੂੰ ਪੇਸ਼ ਕਰਦਾ ਹੈ ਉਹ ਸਫਰਨਾਵਾਕਾਰ ਦੀ ਹੀ ਚੋਣ ਹੁੰਦੀ ਹੈ ਕਿ ਉਸ ਨੇ ਆਪਣੀ ਯਾਤਰਾ ਨੂੰ ਆਪਣੇ ਵਰਤਾਂਤ ਨੂੰ ਕਿਹੜੇ ਢੰਗ ਦੇ ਨਾਲ ਪੇਸ਼ ਕਰਨਾ ਹੈ ਉਹ ਆਪਣੇ ਪ੍ਰਸੰਗ ਦੇ ਅਨੁਸਾਰ ਇਸ ਸ਼ੈਲੀ ਦੀ ਟੁਕਮੀ ਸ਼ੈਲੀ ਦੀ ਵਰਤੋਂ ਕਰ ਲੈਂਦਾ ਹੈ ਤਾਂ ਅੱਜ ਆਪਾਂ ਪੜਿਆ ਸਫਰਨਾਮੇ ਦੇ ਬਾਰੇ ਸਫਰਨਾਮੇ ਦੀ ਪਰਿਭਾਸ਼ਾ ਸਫਰਨਾਮੇ ਦੇ ਤੱਤ ਜਿਨ੍ਹਾਂ ਦੇ ਵਿੱਚ ਵਸਤੂਮੁਲਕ ਤੱਤਾਂ ਦੀ ਗੱਲ ਕੀਤੀ ਅਸੀਂ ਤੇ ਕਲਾਮੁਲਕ ਤੱਤਾਂ ਦੀ ਗੱਲ ਕੀਤੀ ਆਪਾਂ ਮਿਲਾਂਗੇ ਕਿਸੇ ਨਵੇਂ ਆਧਨ ਬਿੰਦੂ ਦੇ ਨਾਲ ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ